ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਗੁਰਮੀਤ ਕੌਰ ਜੀ, ਬੰਦਾ ਬੁਟੀਕ 'ਤੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਸਾਰੇ ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ, ਰਾਜੀ ਖੁਸ਼ੀ ਹੋਵੋਗੇ। ਅਤੇ ਆਪਾਂ ਤੁਹਾਨੂੰ ਦਿਖਾ ਦਿੰਦੇ ਜੀ ਸੋਹਣੇ ਸੋਹਣੇ ਸੂਟ। ਪਹਿਲਾਂ ਤੁਹਾਨੂੰ ਹੈਂਡਵਰਕ ਦੇ ਦਿਖਾ ਦਿੰਦੇ ਹਾਂ, ਅਤੇ ਸਾਰੇ ਮਿਕਸ ਜਿਹੇ ਸੂਟ ਨੇ। ਇੱਕ ਅੱਧਾ ਪ੍ਰਿੰਟਡ ਆ ਜਿਹੜਾ ਤੁਹਾਨੂੰ ਉਹ ਵੀ ਦਿਖਾ ਦਿੰਦੇ ਹਾਂਗੇ। ਅਤੇ ਪ੍ਰਿੰਟਡ ਸੂਟ ਸਾਡੇ ਕੋਲ ਇਹ ਗੱਲ ਹੁੰਦੀ ਹੈ ਜੀ, ਜਦੋਂ ਅਸੀਂ ਵੀਡੀਓ ਪਾ ਦਿੰਦੇ ਹਾਂ ਹੈ ਨਾ, ਤਾਂ ਬਹੁਤ ਜਲਦੀ ਜਿਹੜੇ ਪ੍ਰਿੰਟਡ ਸੂਟ ਨਿਕਲ ਜਾਂਦੇ ਨੇ ਹੈ ਨਾ, ਰੁਕਦੇ ਨਹੀਂ ਹੈਗੇ। ਇਸ ਕਰਕੇ ਜਦੋਂ ਵੀ ਤੁਸੀਂ ਵੀਡੀਓ ਦੇਖ ਲੈਂਦੇ ਤਾਂ ਜਲਦੀ ਔਡਰ ਕਰ ਦਿਆ ਕਰੋ। ਅਤੇ ਪਿਛਲੇ ਵਾਰ ਜਦੋਂ ਮੈਂ ਇਹ ਵਾਲੇ ਸੂਟਾਂ ਦੀ ਵੀਡੀਓ ਪਾਈ ਸੀ, ਜਿਹੜੇ ਮੇਰੇ ਪਾਇਆ ਹੋਇਆ ਜੀ, ਅਤੇ ਉਹ ਉੱਧਰੋਂ ਤਾਂ ਮੈਂ ਵੀਡੀਓ ਅਪਲੋਡ ਕਰਤੀ। ਉਸ ਫਿਰ ਉਸ ਦਿਨ 4 ਦਿਨ ਅਸੀਂ ਬਿਜ਼ੀ ਹੋ ਗਏ ਹੈ ਨਾ, ਇੱਕ ਤਾਂ ਮੈਥੋਂ ਮੈਸੇਜ ਰਿਪਲਾਈ ਨਾ ਹੋਣ, ਅਤੇ ਇੱਕਦਮ ਉਹ ਸੂਟਾਂ ਦੇ ਮੈਨੂੰ ਔਡਰ ਇੱਕ ਬਹੁਤ ਜ਼ਿਆਦਾ ਆ ਗਏ, ਅਤੇ ਉਹ ਸਾਡੇ ਤੋਂ ਸੂਟ ਨੇ ਜਿਹੜੇ ਪੂਰੇ ਨਹੀਂ ਹੋਏ। ਥੋੜ੍ਹਾ ਜਿਹਾ ਕਲਰ ਚੇਂਜ ਆ ਗਿਆ ਸੀ ਉਸ ਕਸਟਮਰ ਨੂੰ, ਮੈਂ ਉਹ ਵਾਲੇ ਸੂਟ ਦਿੱਤੇ ਵੀ। ਅਤੇ ਇਸ ਕਰਕੇ ਜੇ ਸਾਡੇ ਤੋਂ ਮੈਸੇਜ ਲੇਟ ਹੋ ਜਾਂਦਾ, ਪਲੀਜ਼ ਗੁੱਸਾ ਨਾ ਕਰਿਆ ਕਰੋ। ਕਾਫੀ ਭੈਣਾਂ ਕਹਿੰਦੀਆਂ ਨੇ ਤੁਸੀਂ ਮੈਸੇਜ ਰਿਪਲਾਈ ਨਹੀਂ ਕਰਦੇ। ਪਤਾ ਦੇਖੋ, ਹਰ ਜਿਹੜਾ ਵੀ ਹੈ ਨਾ ਬੰਦਾ ਇੱਥੇ ਆਉਂਦਾ ਹੈਗਾ, ਜਿਹਦਾ ਕੋਈ ਵੀ ਕਾਰੋਬਾਰ ਆ, ਜਿਵੇਂ ਮੇਰਾ ਬਿਜ਼ਨਸ ਆ ਕੱਪੜੇ ਦਾ, ਦੇਖੋ ਜੀ ਮੈਂ ਵੀ ਚਾਹੁੰਦੀ ਹਾਂ ਹੈ ਨਾ, ਮੈਂ ਇੰਨੀ ਮਿਹਨਤ ਕਰਦੀ ਹਾਂ ਵੀ ਮੈਂ ਤੁਹਾਡੇ ਰਿਪਲਾਈ ਦੇਵਾਂ, ਤੁਹਾਡੇ ਤੋਂ ਜ਼ਿਆਦਾ ਔਡਰ ਕਰਾਂ, ਜ਼ਿਆਦਾ ਔਡਰ ਲਵਾਂ ਤੁਹਾਡੇ ਰਿਪਲਾਈ ਦੇ ਕੇ। ਪਰ ਕਈ ਵਾਰੀ ਜੀ ਅਸੀਂ ਇੰਨੀ ਜ਼ਿਆਦਾ ਮਜਬੂਰੀ ਦੇ ਵਿੱਚ ਹੁੰਦੇ ਹਾਂ, ਮੋਬਾਈਲ ਚੱਕਣ ਤੱਕ ਦਾ ਟਾਈਮ ਨਹੀਂ ਲੱਗਦਾ ਹੈਗਾ, ਇਸ ਕਰਕੇ ਉਦੋਂ ਮੈਸੇਜ ਰਿਪਲਾਈ ਦੇ ਹੀ ਲੇਟ ਹੋ ਜਾਂਦੇ। 3-4 ਦਿਨ ਮੈਂ ਬਹੁਤ ਜ਼ਿਆਦਾ ਬਿਜ਼ੀ ਰਹੀ। ਮੈਂ ਕੋਸ਼ਿਸ਼ ਕਰਿਆ ਕਰਾਂ ਮੈਥੋਂ ਰਿਪਲਾਈ ਹੋਇਆ ਕਰਨ 10-20-30 ਬਸ। ਜੇ ਮੈਸੇਜ ਰਿਪਲਾਈ ਦੇ ਵਿੱਚ ਘੱਟ ਤੋਂ ਘੱਟ ਜੇ ਆਪਾਂ ਬੈਠਦੇ ਹਾਂ 2 ਘੰਟੇ ਦੇ ਡੇਲੀ ਮੈਸੇਜ, 2 ਘੰਟੇ ਆਪਾਂ ਮੋਬਾਈਲ 'ਤੇ ਲਾਵਾਂਗੇ ਤਾਂ ਮੈਸੇਜ ਰਿਪਲਾਈ ਹੁੰਦੇ ਨੇ। 2 ਘੰਟਿਆਂ ਦਾ ਮੈਨੂੰ ਟਾਈਮ ਹੀ ਨਹੀਂ ਲੱਗ ਰਿਹਾ ਸੀ, ਅਤੇ ਕਾਫੀ ਭੈਣਾਂ ਗੁੱਸੇ ਵੀ ਹੋਈਆਂ, ਇੰਨਾ ਲੇਟ ਵੀ ਕਿਹਾ ਵੀ ਸਾਨੂੰ ਲੇਟ ਕਰਤਾ, ਅਤੇ ਉਹ ਗੱਲ ਤੋਂ ਆਪਾਂ ਪਹਿਲੀ ਸੌਰੀ ਤੁਹਾਡੇ ਤੋਂ ਮੰਗ ਲੈਂਦੇ ਹਾਂ। ਦੂਜੀ ਗੱਲ ਇਹ ਹੈ ਜੀ ਵੀ ਅਗਰ ਤੁਸੀਂ ਸਾਨੂੰ ਸਕਰੀਨਸ਼ੋਟ ਭੇਜਤਾ ਜੀ ਤੁਸੀਂ ਹੈ ਨਾ ਪੇਮੈਂਟ, ਤਾਂ ਅਸੀਂ 1 ਦਿਨ ਜਾਂ 2 ਦਿਨ ਬਾਏ ਚਾਂਸ ਕਿਸੇ ਪਾਸੇ ਬਿਜ਼ੀ ਹੋ ਗਏ, ਮੈਸੇਜ ਸਾਡੇ ਤੋਂ ਪੇਮੈਂਟ ਦਾ ਨਹੀਂ ਦੇਖਿਆ ਗਿਆ, ਤਾਂ ਤੁਸੀਂ ਘਬਰਾਉਣਾ ਨਹੀਂ, ਠੀਕ ਹੈ ਵੀ ਅਸੀਂ ਤਾਂ ਜੀ ਪੇਮੈਂਟ ਕਰਤੀ, ਉਹਨਾਂ ਨੇ ਮੈਸੇਜ ਨਹੀਂ ਦੇਖਿਆ। ਕਈ ਭੈਣਾਂ ਕੀ ਕਰਦੀਆਂ ਨੇ, ਫੋਨ 'ਤੇ ਫੋਨ, ਮੈਸੇਜ 'ਤੇ ਮੈਸੇਜ, ਫੋਨ 'ਤੇ ਫੋਨ, ਉਹ ਜਿੰਨਾ ਮੈਸੇਜ ਫੋਨ ਉਹ ਕਰਦੀਆਂ ਨੇ ਉਹਨਾਂ ਦਾ ਰਿਪਲਾਈ ਲਈ ਲੇਟ ਹੋਈ ਜਾਂਦਾ, ਕਿਉਂਕਿ ਜਿਵੇਂ ਹੁਣ 21 ਤਰੀਕ ਨੂੰ ਮੈਸੇਜ ਕਰਤਾ ਮੈਂ ਨਹੀਂ ਦੇਖਿਆ, ਤਾਂ ਉਹ 22 ਨੂੰ ਫਿਰ ਕਰਤਾ, ਉਹਨਾਂ ਮੈਸੇਜ ਉੱਥੋਂ ਹੇਠਾਂ ਤੋਂ ਉੱਪਰ ਨੂੰ ਜਾਈ ਜਾਂਦਾ, ਅਤੇ ਅਸੀਂ ਮੈਸੇਜ ਥੱਲੋਂ ਰੀਡ ਕਰਨ ਲੱਗਦੇ, ਉਹਨਾਂ ਲੇਟ ਹੁੰਦਾ। ਤੁਸੀਂ ਬਿਲਕੁਲ ਵੀ ਨਹੀਂ ਘਬਰਾਉਣਾ ਵੀ ਹੁਣ ਤਾਂ ਜੀ ਬਹੁਤ ਪਤਾ ਨਹੀਂ ਕੀ ਹੋਊਗਾ, ਸਾਡੇ ਪੈਸੇ ਨਾ ਦੱਬ ਲੈਣ, ਵੀ ਸਾਡੇ ਪੈਸੇ ਨਾ ਕਿਤੇ ਮੁੱਕਰ ਜਾਣ, ਕੋਈ ਐਵੇਂ ਦੀ ਗੱਲ ਨਾ ਹੋ ਜੇ, ਤੁਸੀਂ ਬੇਫਿਕਰ ਰਹਿਣਾ ਜੀ, ਤੁਹਾਡਾ ਪੈਸਾ ਜੇ ਸਾਡੇ ਕੋਲ ਆਇਆ ਜੀ ਉਹ ਸੇਫ ਰਹੂਗਾ, ਅਸੀਂ ਤੁਹਾਨੂੰ ਕੱਪੜੇ ਦੇਵਾਂਗੇ। ਬਾਏ ਚਾਂਸ ਸਾਡੇ ਕੋਲ ਕੱਪੜੇ ਨਹੀਂ ਹੈਗੇ, ਅਸੀਂ ਤੁਹਾਨੂੰ ਜਵਾਬ ਦੇਵਾਂਗੇ, ਫਿਰ ਤੁਹਾਡੇ ਪੈਸੇ ਮੋੜ ਦਾਂਗੇ, ਸਾਡੇ ਕੋਲ ਕੱਪੜਾ ਨਹੀਂ ਹੈਗਾ, ਠੀਕ ਹੈ। ਬੇਫਿਕਰ ਰਿਹਾ ਕਰੋ, ਤੁਸੀਂ ਐਂ ਨਾ ਸੋਚਿਆ ਕਰੋ ਵੀ ਹੁਣ ਸਾਡੇ ਪੈਸੇ ਨਾ ਕਿਤੇ ਕਿਸੇ ਪਾਸੇ ਚਲੇ ਜਾਣ। ਚਲੋ ਠੀਕ ਹੈ ਜੀ, ਆਪਾਂ ਵੀਡੀਓ ਸ਼ੁਰੂ ਕਰਦੇ ਅਤੇ ਸੂਟ ਦਿਖਾਉਣੇ ਤੁਹਾਨੂੰ ਸ਼ੁਰੂ ਕਰਦੇ ਹਾਂ। ਅਤੇ ਇਹਨਾਂ ਦੇ ਵਿੱਚੋਂ ਜੋ ਵੀ ਸੂਟ ਪਸੰਦ ਹੋਇਆ ਜੀ, ਸਕਰੀਨਸ਼ੋਟ ਲੈ ਕੇ ਸਕਰੀਨ ਦਾ ਨੰਬਰ ਦਿਖਾਈ ਦਿੰਦਾ ਤੁਹਾਨੂੰ ਵਟਸਐਪ 'ਤੇ, ਵਟਸਐਪ ਦਾ ਸਕਰੀਨ ਦੇ ਉੱਪਰ ਨੰਬਰ ਦਿਖਾਈ ਦਿੰਦਾ, ਤੁਸੀਂ ਇੱਥੇ ਭੇਜ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ, ਅਤੇ ਆਪਣੀ ਪਸੰਦ ਅਨੁਸਾਰ ਤਿਆਰ ਕਰਵਾ ਸਕਦੇ ਹੋ, ਠੀਕ ਹੈ। ਚਲੋ ਜੀ ਆਪਾਂ ਵੀਡੀਓ ਸ਼ੁਰੂਆਤ ਕਰਦੇ ਹਾਂ, ਪਹਿਲਾਂ ਪ੍ਰਿੰਟਡ ਸੂਟ ਦੇ ਨਾਲ। ਇਹ ਪ੍ਰਿੰਟਡ ਸੂਟ ਸਾਡੇ ਕੋਲ ਹੁਣ ਨਹੀਂ ਮਿਲਣਾ ਹੈਗਾ ਜੀ, ਬਹੁਤ ਸਾਰੇ ਥਾਂ ਸੀ, ਬਹੁਤ ਸਾਰੇ ਸੇਲ ਕੀਤੇ ਨੇ ਅਸੀਂ, ਬਹੁਤ ਜ਼ਿਆਦਾ ਥੈਂਕ ਯੂ, ਤੁਸੀਂ ਬਹੁਤ ਜ਼ਿਆਦਾ ਸਾਡੇ ਸੂਟਾਂ ਨੂੰ ਪ੍ਰਿੰਟਡ ਨੂੰ ਪਸੰਦ ਕਰਦੇ ਹੋ, ਸਾਰੇ ਸੂਟਾਂ ਨੂੰ ਜ਼ਿਆਦਾ ਪਸੰਦ ਕਰਦੇ ਹੋ, ਪਰ ਅਤੇ ਹੋਰ ਤੁਹਾਨੂੰ ਮਿਲ ਜਾਣਗੇ। ਸਿਰਫ ਮੈਂ ਤੁਹਾਨੂੰ ਸਲਵਾਰ ਦਾ ਵਰਕ ਦਿਖਾਉਣ ਦੇ ਲਈ ਮੈਂ ਆਈ ਹਾਂਗੀ, ਇੱਥੇ ਵੀ ਸਲਵਾਰ ਦਾ ਵਰਕ ਦਿਖਾ ਦਾਂ ਤੁਹਾਨੂੰ, ਠੀਕ ਹੈ। ਅਤੇ ਸਲਵਾਰ ਦੇ ਵਰਕ ਦੇ ਲਈ ਨਾ ਤੁਸੀਂ ਜੇ ਡਿਜ਼ਾਇਨ ਮੈਨੂੰ ਨਹੀਂ ਭੇਜਣਾ ਹੁੰਦਾ, ਤੁਸੀਂ ਮੈਨੂੰ ਦੱਸ ਦਿਆ ਕਰੋ ਜੀ, ਹੈ ਨਾ ਵੀ 800 ਦੀ ਰੇਂਜ ਦੇ ਵਿੱਚ, 1000 ਦੀ ਰੇਂਜ ਦੇ ਵਿੱਚ, 800 ਤੋਂ ਘੱਟ ਆਪਣੇ ਕੋਲ ਕੋਈ ਵਰਕ ਨਹੀਂ ਹੁੰਦਾ, ਵੀ 800 ਦੇ ਵਿੱਚ ਜਾਂ 1000 ਜਾਂ 1200 ਦੇ ਵਿੱਚ ਰੇਂਜ ਦੇ ਵਿੱਚ ਬਣਾ ਦਿਓ, ਠੀਕ ਹੈ ਜੀ। ਜਿਸ ਤਰ੍ਹਾਂ ਇਹ ਵਾਲਾ ਵਰਕ ਆ, ਇਹ ਅਸੀਂ 1000 ਰੁਪਏ ਦੇ ਵਿੱਚ ਬਣਾਉਣਾ, ਇਹ ਜੀਰੋ ਟਾਂਕੇ ਦਾ ਕੰਮ ਹੈ, ਜਿਹੜਾ ਇਹ ਕੰਮ ਕੀਤਾ ਹੋਇਆ ਜੀਰੋ ਟਾਂਕੇ ਦਾ,
ਉਧਰਲੇ ਪਾਸੇ ਵੀ ਉਨੇ ਸਲਵਾਰ 'ਤੇ ਕੰਮ ਹੈ, ਕਿਉਂਕਿ ਜੀ ਇੱਕ ਸੂਟ ਦੇ ਉੱਪਰ ਨਾ ਆਪਣਾ ਇੱਕ ਸਲਵਾਰ ਦੇ ਉੱਪਰ ਆਪਣਾ ਸੂਟ ਜਿੰਨਾ ਕੰਮ ਹੋ ਜਾਂਦਾ, ਠੀਕ ਹੈ, 14-15 ਇੰਚ ਇੱਧਰ ਮੂਹਰੀ ਬਣਾਈਏ, 15 ਇੰਚ ਉੱਧਰ ਮੂਹਰੀ ਬਣਾਈਏ, 30 ਇੰਚ ਹੋ ਗਿਆ ਜੀ। ਇਸ ਕਰਕੇ ਸਲਵਾਰ ਦੇ ਕੰਮ ਨੂੰ ਆਪਾਂ ਉਵੇਂ ਨਹੀਂ ਸਮਝਣਾ ਵੀ ਉਹੀ ਹੋ ਗਿਆ, ਤਾਂ ਇੱਕ ਇਹ ਹੋ ਗਿਆ ਸਲਵਾਰ ਦਾ ਵਰਕ ਹੈ, ਇੱਕ ਇਹ ਵਾਲਾ ਸਲਵਾਰ ਦਾ ਵਰਕ ਵਿੱਚ ਸ਼ੇਡ ਆ ਜੋ ਸਿੰਗਲ ਟੰਕ ਆ, ਜਿਹੜੇ ਹੈਗੇ ਨੇ ਜੀ ਆਪਣੇ 700-800 ਦੀ ਰੇਂਜ ਦੇ ਵਿੱਚ, ਉਹ ਸਿੰਪਲ ਪੱਤੀਆਂ ਵਾਲਾ ਡਿਜ਼ਾਇਨ ਹੋਊਗਾ, ਐਵੇਂ ਫੁੱਲ ਨਹੀਂ ਉਹਦੇ ਵਿੱਚ ਹੋਣਗੇ, ਠੀਕ ਹੈ ਜੀ। ਬਾਕੀ ਤੁਸੀਂ ਹੋਰ ਦਿਖਾਉਣਾ ਕੋਈ 1000 ਵਾਲਾ, ਕੋਈ 1200 ਵਾਲਾ, ਜਿਵੇਂ ਤੁਸੀਂ ਬਣਵਾਉਣੇ ਨੇ ਉਵੇਂ ਵੀ ਬਣਵਾ ਸਕਦੇ। ਲਓ ਜੀ, ਕੰਮ ਸਾਰਾ ਤੁਹਾਨੂੰ ਸਾਫ਼ ਸੁਥਰਾ ਕਰਕੇ ਦਿੱਤਾ ਜਾਊਗਾ ਜੀ। ਅਗਲੀ ਗੱਲ ਇਹ ਹੈ ਜੀ, ਇਹ ਕੰਪਿਊਟਰ ਵਾਲਾ ਕੰਮ ਨਹੀਂ ਹੋਊਗਾ, ਆਪਣੀ ਮਸ਼ੀਨ ਦਾ ਕੀਤਾ ਹੋਇਆ ਕੰਮ ਹੈ। ਲਓ ਮਸ਼ੀਨ ਦੇ ਸੂਟ ਦਿਖਾ ਦਈਏ ਪਹਿਲਾਂ ਹੋਰ ਤੁਹਾਨੂੰ। ਲਓ ਜੀ, ਇਹ ਆਪਾਂ ਕੀਤਾ ਹੋਇਆ ਕੋਟਨ ਫੈਬਰਿਕ ਦੇ ਉੱਪਰ, ਇਹਦੇ ਉੱਪਰ ਲਾਈਨਿੰਗ ਲੱਗਦੀ ਹੈ ਜੀ। ਤੁਸੀਂ ਮੇਰੇ ਵੀ ਸੂਟ ਪਾਇਆ ਦੇਖਿਆ, ਲਾਈਟ ਲੈਮਨ ਜਿਹਾ ਸੂਟ ਹੈ ਇਹ, ਠੀਕ ਹੈ। ਇਹ ਦੇਖੋ ਇਸ ਤਰ੍ਹਾਂ ਦੇ ਨਾਲ ਆਪਾਂ ਇਹਦੇ ਘੇਰ ਦਾ ਕੰਮ ਕੀਤਾ, ਇਹ ਵੀ ਆਪਾਂ ਜੀਰੋ ਟਾਂਕੇ ਦੇ ਵਿੱਚ ਕੀਤਾ ਹੋਇਆ ਜੀ। ਬਹੁਤ ਸੋਹਣਾ ਲੱਗਦਾ ਜੀ ਸਾਰਾ ਕੰਮ ਜੀਰੋ ਟਾਂਕੇ ਦਾ, ਅਤੇ ਤੁਸੀਂ ਦੇਖ ਸਕਦੇ ਹੋ ਡਿਜ਼ਾਇਨ ਕਿੰਨਾ ਪਿਆਰਾ। ਇਹ ਆਪਾਂ ਲਵੈਂਡਰ 'ਤੇ ਵੀ ਬਣਾਇਆ ਸੀ, ਇਸ 'ਤੇ ਵੀ ਬਣਾਇਆ, ਬਹੁਤ ਸੋਹਣਾ ਡਿਜ਼ਾਇਨ ਬਣਾਇਆ ਹੋਇਆ ਇਸ ਤਰ੍ਹਾਂ ਦੇ ਨਾਲ। ਜੇ ਤੁਹਾਨੂੰ ਪਸੰਦ ਹੈ ਜੀ ਸਕਰੀਨਸ਼ੋਟ ਲੈ ਸਕਦੇ ਹੋ। ਪਰਸਨਲੀ ਮੈਨੂੰ ਜੀਰੋ ਟਾਂਕੇ ਦੇ ਕੰਮ ਜ਼ਿਆਦਾ ਪਸੰਦ ਨੇ, ਮੈਨੂੰ ਬਹੁਤ ਪਸੰਦ ਹੈ ਜੀਰੋ ਟਾਂਕੇ ਦਾ ਕੰਮ। ਬਾਂਹ ਦੇ ਉੱਪਰ ਵੀ ਬਹੁਤ ਸੋਹਣਾ ਫੁੱਲ ਪਾਇਆ ਹੋਇਆ, ਇਹ ਵਾਲਾ ਫੁੱਲ ਜੀ ਆਪਾਂ ਬਾਂਹ ਦੇ ਉੱਪਰ ਪਾਇਆ ਹੋਇਆ ਸੇਮ, ਬੜਾ ਪਿਆਰਾ ਡਿਜ਼ਾਇਨ ਆ। ਤੁਸੀਂ ਆਪਣੇ ਹਿਸਾਬ ਨਾਲ ਕਰਵਾ ਲਓ, ਦੇਖ ਲਓ ਤੁਸੀਂ ਕੰਮ ਕੀਤਾ ਹੋਇਆ, ਬਿਲਕੁਲ ਇਸ ਤਰ੍ਹਾਂ ਲੱਗਦਾ ਜਿਵੇਂ ਪੇਂਟ ਕੀਤਾ ਪਿਆ ਹੁੰਦਾ। ਸਾਰਾ ਵਰਕ ਹੈ ਜੀ ਇਹ ਬਹੁਤ ਜ਼ਿਆਦਾ ਸੋਹਣਾ ਅਤੇ ਸਾਫ਼ ਸੁਥਰਾ ਕੰਮ ਕੀਤਾ ਹੋਇਆ ਹੈਗਾ। ਸਲਵਾਰ ਪਲੇਨ ਹੈ ਜੀ ਨਾਲ, ਅਤੇ ਨਾਲ ਰੱਖਿਆ ਹੋਇਆ ਜੀ ਆਪਾਂ ਜੋਰਜੱਟ ਦਾ ਦੁਪੱਟਾ, ਅਤੇ ਜੋਰਜੱਟ ਦੇ ਦੁਪੱਟੇ ਨੂੰ ਬਹੁਤ ਪਿਆਰੀ ਔਰਗੈਂਜਾ ਦੀ ਆਪਾਂ ਟਾਈਡਾਈ ਲੇਸ ਦਿੱਤੀ ਹੋਈ ਹੈ, ਬਹੁਤ ਸੋਹਣੀ ਲੇਸ ਹੈ ਜੀ ਟਾਈਡਾਈ, ਅਤੇ ਉਹ ਆਪਾਂ ਦਿੱਤੀ ਹੋਈ ਹੈ। ਜਦੋਂ ਵੀ ਆਪਾਂ ਲੇਸ ਲਾਉਂਦੇ ਹਾਂ ਤੁਸੀਂ ਪਲੀਜ਼ ਐਂ ਨਹੀਂ ਕਹਿਣਾ ਜੀ ਉਹਨੂੰ ਉਹ ਲੇਸ ਦੀ, ਉਹਨੂੰ ਉਹ ਲੇਸ ਦੀ, ਕਦੇ ਵੀ ਲੇਸ ਸੇਮ ਨਹੀਂ ਮਿਲਦੀ ਹੁੰਦੀ। ਆਏ ਦਿਨ ਲੇਸਾਂ ਦੇ ਜਿਹੜੇ ਡਿਜ਼ਾਇਨ ਨੇ ਬਦਲਦੇ ਰਹਿੰਦੇ ਨੇ, ਕਦੇ ਕਿਸੇ ਤਰ੍ਹਾਂ ਦਾ ਡਿਜ਼ਾਇਨ ਆ ਗਿਆ, ਕਦੇ ਕਿਸੇ ਤਰ੍ਹਾਂ ਦਾ ਡਿਜ਼ਾਇਨ ਆ ਗਿਆ। ਇਸ ਕਰਕੇ ਤੁਸੀਂ ਇਹਨਾਂ ਕਿਹਾ ਕਰੋ ਤਾਂ ਉਹ ਡਿਜ਼ਾਇਨ ਸੀ, ਉਹ ਡਿਜ਼ਾਇਨ ਸੀ, ਇਹ ਬਦਲਦੇ ਰਹਿੰਦੇ ਨੇ। ਸਕਰੀਨ 'ਤੇ ਪ੍ਰਾਈਜ਼ ਤੁਹਾਨੂੰ ਬਿਨਾਂ ਸਿਲਾਈ ਤੋਂ ਸ਼ੋਅ ਹੋਊਗਾ ਜੀ, ਠੀਕ ਹੈ, ਪ੍ਰਾਈਜ਼ ਸ਼ੋਅ ਹੋਜੂਗਾ, ਸਿਲਾਈ ਐਡ ਨਹੀਂ ਹੋਊਗੀ। ਹਾਂਜੀ, ਤੁਸੀਂ ਪਰਾਉਣੇ ਪੈਣਗੇ ਸੂਟ ਤੁਹਾਨੂੰ। ਲਓ ਜੀ, ਨੈਕਸਟ ਹੈਗਾ ਜੀ ਆਪਣੇ ਕੋਲ ਕਰੇਪ ਦਾ, ਨੈਚੁਰਲ ਕਰੇਪ ਦੇ ਉੱਪਰ ਕਰਿਆ ਹੋਇਆ ਬਾਦਲਾ ਵਰਕ ਦਾ ਸੂਟ ਹੈ, ਬਲੈਕ ਸ਼ੇਡ 'ਤੇ ਬਣਾਇਆ। ਇਹ ਸੂਟ ਆਪਾਂ ਬਹੁਤ ਸਾਰੇ ਸ਼ੇਡ 'ਤੇ ਬਣਾਏ ਨੇ, ਇੱਥੇ ਤੁਹਾਨੂੰ ਫੋਟੋ ਮਿਲ ਜੂਗੀ ਮੇਰੇ ਮਹਿੰਦੀ ਸ਼ੇਡ 'ਤੇ, ਤੁਸੀਂ ਪਾਇਆ ਦੇਖੋਗੇ। ਹਰ ਸ਼ੇਡ 'ਤੇ ਆਪਾਂ ਇਹਨੂੰ ਬਣਾ ਚੁੱਕੇ ਹਾਂ ਜੀ, ਸਾਰਿਆਂ 'ਤੇ ਸੋਹਣਾ ਲੱਗਦਾ, ਮਹਿੰਦੀ 'ਤੇ ਵੀ ਸੋਹਣਾ ਲੱਗਿਆ, ਬਲੈਕ 'ਤੇ ਵੀ ਸੋਹਣਾ ਲੱਗਿਆ, ਕੌਫੀ ਸ਼ੇਡ 'ਤੇ ਬਣਾਇਆ ਸੀ ਅਸੀਂ, ਕੌਫੀ 'ਤੇ ਵੀ ਬਹੁਤ ਜ਼ਿਆਦਾ ਸੋਹਣਾ ਲੱਗਿਆ ਜੀ। ਤੁਸੀਂ ਦੇਖ ਸਕਦੇ ਹੋ ਕੰਮ ਕੀਤਾ ਹੋਇਆ, ਰਾਣੀ ਸ਼ੇਡ ਦਾ ਆਪਾਂ ਥਰੈਡ ਲਾਇਆ। ਅਗਰ ਤੁਸੀਂ ਰਾਣੀ ਨਹੀਂ ਲਗਾਉਣਾ ਚਾਹੁੰਦੇ, ਫਰੋਜੀ ਲਗਵਾ ਸਕਦੇ ਹੋ, ਗਾਜਰੀ ਲਗਵਾ ਸਕਦੇ ਹੋ, ਲਾਈਟ ਰੱਖਣਾ ਹੈ ਤੁਸੀਂ ਹੋਰ ਸ਼ੇਡ 'ਤੇ ਜਾ ਸਕਦੇ ਹੋ, ਹੈ ਨਾ, ਜਿਵੇਂ ਸੀ ਗ੍ਰੀਨ ਜਿਹਾ ਲਗਵਾ ਸਕਦੇ ਹੋ, ਜਿਹੜਾ ਵੀ ਤੁਹਾਨੂੰ ਪਸੰਦ ਹੈ। ਹਰ ਕਸਟਮਰ ਦੀ ਹਰ ਕਲਰ 'ਚੋਂ ਜਿਹੜਾ ਕੰਮ ਅਸੀਂ ਕਸਟਮਰ ਦੀ ਚੋਇਸ ਅਨੁਸਾਰ ਕਰਨਾ ਹੁੰਦਾ ਜੀ। ਕਈ ਡਾਰਕ ਪਸੰਦ ਕਰਦੇ ਨੇ, ਕਈ ਲਾਈਟ ਪਸੰਦ ਕਰਦੇ ਨੇ, ਅਸੀਂ ਤੁਹਾਡੀ ਪਸੰਦ ਅਨੁਸਾਰ ਚੱਲਣਾ, ਸਾਡੀ ਇੱਥੇ ਕੋਈ ਪਸੰਦ ਨਹੀਂ ਚੱਲਦੀ, ਠੀਕ ਹੈ। ਹਾਂ, ਅਸੀਂ ਸਲਾਹ ਕਈ ਵਾਰ ਸਾਨੂੰ ਪਤਾ ਜੀ ਇਹ ਕੰਮ ਨਹੀਂ ਜੱਚਦਾ, ਉੱਥੇ ਅਸੀਂ ਆਪਣੀ ਮਨਮਾਨੀ ਵੀ ਕਰ ਲੈਂਦੇ ਹਾਂ ਵੀ ਨਹੀਂ ਇਹ ਸੋਹਣਾ ਨਹੀਂ ਲੱਗਣਾ, ਪਰ ਜੇ ਜਿਵੇਂ ਤੁਸੀਂ ਕਹਿੰਦੇ ਹੋ ਬਾਕੀ ਕੰਮ ਅਸੀਂ ਉਵੇਂ ਕਰਕੇ ਦਿੰਦੇ ਹਾਂ। ਕਈ ਜਗ੍ਹਾ 'ਤੇ ਅਸੀਂ ਆਪਣੀ ਮਰਜ਼ੀ ਵੀ ਕਰਦੇ ਹਾਂ ਜਿੱਥੇ ਸਾਨੂੰ ਲੱਗਦਾ ਜੀ ਇੱਥੇ ਨਹੀਂ ਸਹੀ। ਅਤੇ ਨਾਲ ਦੀ ਆਪਾਂ ਮੈਚਿੰਗ ਕਰਕੇ ਜੀ ਗੋਟਾ ਲੇਸ ਦਿੱਤਾ ਹੋਇਆ ਬਰੀਕ ਜਿਹਾ, ਅਤੇ ਸਾਰਾ ਸੋਫਟ ਹੋਊਗਾ, ਇਹ ਚੁਭਣ ਵਾਲਾ ਨਹੀਂ ਹੈਗਾ, ਠੀਕ ਹੈ। ਚਨੂਨ ਦਾ ਨਾਲ ਦੁਪੱਟਾ ਰੱਖਿਆ। ਸਕਰੀਨ 'ਤੇ ਪ੍ਰਾਈਜ਼ ਸ਼ੋਅ ਹੋਜੂਗਾ ਜੀ, ਬਿਨਾਂ ਸਿਲਾਈ ਤੋਂ ਸਿਲਾਈ ਐਡ ਨਹੀਂ ਹੋਊਗੀ। ਬਹੁਤ ਜ਼ਿਆਦਾ ਹੈਵੀ ਕੰਮ ਹੈ, ਜੇ ਤੁਸੀਂ ਪਾਇਆ ਨਾ ਹੈਂਡ ਵਰਕ ਵਰਗਾ ਕੰਮ ਲੱਗੂ, ਸਾਰਾ ਬਾਦਲੇ ਦਾ ਕੰਮ ਹੈ ਜੀ, ਇਹ ਕੋਈ ਵੀ ਦੂਜੀ ਨੋਰਮਲ ਜਰੀ ਨਹੀਂ ਲਈ, ਸਾਰਾ ਬਾਦਲੇ ਦੇ ਵਿੱਚ ਕੰਮ ਕੀਤਾ ਹੋਇਆ, ਠੀਕ ਹੈ ਜੀ। ਦੇ ਦਿਓ ਤੁਸੀਂ, ਮੈਂ ਆਉਂਦੀ ਹਾਂ ਵੀਡੀਓ ਬਣਾ ਕੇ। ਇੱਕ ਸੂਟ ਤੁਹਾਨੂੰ ਹੋਰ ਦਿਖਾ ਦਈਏ ਬਾਦਲੇ ਦਾ।
ਇਹ ਬਾਦਲੇ ਵਿੱਚ ਆਪਾਂ ਇਸ ਤਰ੍ਹਾਂ ਦਾ ਡਿਜ਼ਾਇਨ ਬਣਾਇਆ ਜੀ, ਘੇਰ ਦੇ ਉੱਪਰ ਆ ਗਿਆ, ਵਿੱਚ ਬੂਟੀ ਆ ਗਈ, ਬਹੁਤ ਸੋਹਣਾ ਕੰਮ ਹੈ ਜੀ, ਘੇਰ ਦੇ ਵਿੱਚ ਹੈ ਅਤੇ ਸਾਰੇ ਬਹੁਤ ਸੋਹਣੀ ਬੂਟੀ ਪਾਈ ਹੋਈ ਹੈ, ਤੁਸੀਂ ਦੇਖ ਸਕਦੇ ਹੋ, ਕੰਮ ਇਹ ਵੀ ਸੋਹਣਾ ਹੈਗਾ, ਇਹਦਾ ਰੇਟ ਘੱਟ ਪੈ ਜੂਗਾ, ਉਹਦਾ ਕੰਮ ਹੈ ਜਿਹੜਾ ਬਹੁਤ ਜ਼ਿਆਦਾ ਹੈਵੀ ਆ, ਉਹਦਾ ਰੇਟ ਜ਼ਿਆਦਾ ਪੈ ਜਾਂਦਾ ਜੀ, ਕੰਮ ਦੇ ਸਿਰ 'ਤੇ ਹੁੰਦਾ ਹੈ ਨਾ, ਬਾਕੀ ਸੂਟਾਂ ਦਾ ਜਿਵੇਂ ਫੈਬਰਿਕ ਸੇਮ ਹੀ ਹੈ ਇਹ, ਅਤੇ ਜਿਵੇਂ ਦੁਪੱਟਾ ਵੀ ਆਪਾਂ ਸੇਮ ਲਾਇਆ, ਬਾਕੀ ਸਾਰਾ ਕੁਛ ਸੇਮ ਆ, ਬਸ ਜਿੰਨਾ ਕੁ ਵਰਕ ਦੇ ਪੈਸੇ ਘੱਟ ਹੋਣਗੇ ਉਹ ਹਿਸਾਬ ਦੇ ਨਾਲ ਜਿਹੜਾ ਸੂਟ ਦਾ ਰੇਟ ਘੱਟ ਪੈ ਜੂਗਾ। ਨਾਲ ਚਨੂਨ ਦਾ ਦੁਪੱਟਾ ਜੀ ਬਰੀਕ ਜੀ ਆਪਾਂ ਕਿਨਾਰੀ ਦਿੱਤੀ ਹੋਈ ਹੈ, ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਦੇ ਨਾਲ, ਇਹਨਾਂ ਦੇ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆਉਂਦਾ ਜੀ ਲੈ ਸਕਦੇ ਹੋ ਹੈ ਨਾ, ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਆ ਜਿਹੜਾ ਇਹਦੇ ਉੱਪਰ ਕੀਤਾ ਹੋਇਆ ਜੀ, ਨਾਲ ਇਸ ਤਰ੍ਹਾਂ ਦੇ ਨਾਲ ਇਹਦੇ ਵਿੱਚ ਬੂਟੀ ਦਿੱਤੀ ਹੋਈ ਹੈ। ਠੀਕ ਹੈ, ਸਕਰੀਨ 'ਤੇ ਪ੍ਰਾਈਜ਼ ਸ਼ੋਅ ਹੋ ਜੂਗਾ, ਜਿਹੜਾ ਵੀ ਪਸੰਦ ਆਈ ਗਿਆ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ, ਸਿਲਾਈ ਕਰਕੇ ਵੀ ਮੰਗਵਾ ਸਕਦੇ ਹੋ, ਬਿਨਾਂ ਸਿਲਾਈ ਤੋਂ ਵੀ ਮੰਗਵਾ ਸਕਦੇ ਹੋ ਜਿਵੇਂ ਤੁਹਾਨੂੰ ਠੀਕ ਲੱਗਦਾ, ਫੈਬਰਿਕ ਕੋਟਨ 'ਤੇ ਕਰਵਾਉਣਾ ਜੀ, ਤੁਸੀਂ ਕਿਸੇ ਸਿੰਥੈਟਿਕ ਫੈਬਰਿਕ 'ਤੇ ਕਰਵਾਉਣਾ, ਕੋਈ ਪਸ਼ਮੀਨੇ 'ਤੇ ਕਰਵਾਉਣਾ, ਫੈਬਰਿਕ ਆਪਣੇ ਕੋਲ ਬਹੁਤ ਵਰਾਇਟੀ ਦੇ ਵਿੱਚ ਹੈ, ਜਿਹੜੇ ਤੁਸੀਂ ਕਹੋਗੇ ਉਸ ਕੱਪੜੇ 'ਤੇ ਆਪਾਂ ਤੁਹਾਨੂੰ ਕੰਮ ਕਰਕੇ ਦੇ ਦਾਂਗੇ, ਉਹ ਕੋਈ ਚੱਕਰ ਵਾਲੀ ਗੱਲ ਨਹੀਂ। ਲਓ ਜੀ ਇੱਕ ਤੁਹਾਨੂੰ ਆਪਾਂ ਹੋਰ ਦਿਖਾ ਦਈਏ, ਬੇਬੀ ਬਲੂ ਦੇ ਉੱਪਰ, ਇਹ ਵੀ ਸੋਹਣਾ ਕੰਮ ਹੈ ਜੀ, ਇਹਦੇ ਉੱਪਰ ਆਪਾਂ ਸਾਰਾ ਜਰੀ ਦਾ ਕੰਮ ਕੀਤਾ ਹੋਇਆ, ਉਹ ਬਾਦਲੇ ਦਾ ਕੰਮ ਸੀ, ਇਹ ਜਰੀ ਦਾ ਕੰਮ ਕੀਤਾ ਹੋਇਆ ਜੀ। ਲਓ ਜੀ ਇਸ ਤਰ੍ਹਾਂ ਇਹ ਮੋਢੇ ਦਾ ਕੰਮ ਅਤੇ ਕਲੀਆਂ ਜਾਣਗੀਆਂ, ਇਹ ਵੀ ਕੰਮ ਹੈ ਜਿਹੜਾ ਸੋਹਣਾ ਕੀਤਾ ਹੋਇਆ, ਸਫਾਈ ਦੇ ਨਾਲ ਕੀਤਾ ਹੋਇਆ, ਤੁਸੀਂ ਦੇਖ ਸਕਦੇ ਹੋ ਕਲੀਆਂ ਵਾਲਾ ਕੰਮ ਹੈ ਇਸ ਤਰ੍ਹਾਂ, ਇਹ ਵੀ ਆਪਾਂ ਨੈਚੁਰਲ ਕਰੇਪ 'ਤੇ ਕੀਤਾ ਹੋਇਆ, ਪਾਊਡਰ ਬਲੂ ਸੂਟ ਦਾ ਕਲਰ ਹੈ, ਜੇ ਤੁਸੀਂ ਕਿਸੇ ਡਾਰਕ ਸ਼ੇਡ 'ਤੇ ਕਰਵਾਉਣਾ ਡਾਰਕ 'ਤੇ ਕਰਵਾ ਲਿਓ ਜੀ, ਸੋਹਣਾ ਲੱਗਦਾ ਕੰਮ ਇਹ ਕਰਿਆ ਹੋਇਆ, ਕਿਸੇ ਲਾਈਟ 'ਤੇ ਕਰਵਾਉਣਾ ਲਾਈਟ 'ਤੇ ਕਰਵਾ ਲਿਓ ਜਿਵੇਂ ਤੁਹਾਨੂੰ ਠੀਕ ਲੱਗਦਾ, ਉਸ ਤਰੀਕੇ ਦੇ ਨਾਲ ਤੁਸੀਂ ਕਰਵਾ ਸਕਦੇ ਹੋ, ਉਹ ਕੋਈ ਗੱਲ ਨਹੀਂ ਹੈ। ਠੀਕ ਹੈ ਜੀ, ਅਤੇ ਚਨੂਨ ਦਾ ਦੁਪੱਟਾ ਰੱਖਿਆ ਜੀ ਨਾਲ, ਚਨੂਨ ਦੇ ਦੁਪੱਟੇ ਨੂੰ ਆਪਾਂ ਇਸ ਤਰ੍ਹਾਂ ਦੀ ਨਾਲ ਬਰੀਕ ਜੀ ਕਿਨਾਰੀ ਦਿੱਤੀ ਹੋਈ ਹੈ, ਅਤੇ ਜਿਹੜਾ ਵੀ ਇਹਨਾਂ 'ਚ ਪਸੰਦ ਹੈ ਸਕਰੀਨਸ਼ੋਟ ਲੈ ਲਿਓ, ਸਕਰੀਨ 'ਤੇ ਪ੍ਰਾਈਜ਼ ਸ਼ੋਅ ਹੋਊਗਾ ਜੀ, ਸਿਲਾਈ ਐਡ ਨਹੀਂ ਹੋਊਗੀ। ਠੀਕ ਹੈ, ਬਿਨਾਂ ਸਿਲਾਈ ਤੋਂ ਆਪਾਂ ਪ੍ਰਾਈਜ਼ ਤੁਹਾਨੂੰ ਸ਼ੋਅ ਕਰਾਂਗੇ, ਕਿਸੇ ਫੈਬਰਿਕ ਦੇ ਉੱਪਰ ਜਿਵੇਂ ਕੋਟਨ 'ਤੇ ਕਰਾਉਂਗੇ ਥੋੜ੍ਹਾ ਜਿਹਾ ਘੱਟ ਜੂਗਾ, ਕਿਸੇ ਮਹਿੰਗੇ ਫੈਬਰਿਕ 'ਤੇ ਕਰਾਉਂਗੇ ਜੀ, ਫੈਬਰਿਕ ਦੇ ਹਿਸਾਬ ਦੇ ਨਾਲ ਸੂਟ ਰੇਟ ਵੱਧ ਜੂਗਾ, ਕਢਾਈ ਦਾ ਉਨਾ ਹੀ ਰਹੂਗਾ, ਕਢਾਈ ਦੇ ਵਿੱਚ ਕੋਈ ਫਰਕ ਨਹੀਂ ਪੈਣਾ, ਦੁਪੱਟੇ ਦਾ ਉਨਾ ਰਹੂਗਾ, ਜੇ ਦੁਪੱਟਾ ਮਹਿੰਗਾ ਲਗਵਾਉਂਗੇ ਤਾਂ ਘੱਟ ਜੂਗਾ, ਜੇ ਦੁਪੱਟਾ ਮਹਿੰਗਾ ਲਗਵਾਉਂਗੇ ਤਾਂ ਵੱਧ ਜੂਗਾ, ਦੁਪੱਟਾ ਮਹਿੰਗਾ ਲਗਵਾਉਂਗੇ ਤਾਂ ਘੱਟ ਜੂਗਾ, ਇਹ ਤੁਹਾਡੀ ਮਰਜ਼ੀ ਹੈ, ਜਿਹੜਾ ਵੀ ਤੁਹਾਨੂੰ ਪਸੰਦ ਹੈ ਜੀ ਕਰਵਾ ਲਿਓ। ਲਓ ਜੀ ਇਹ ਆਪਾਂ ਕੀਤਾ ਹੋਇਆ ਜੀ ਪਸ਼ਮੀਨੇ ਦੇ ਉੱਪਰ। ਠੀਕ ਹੈ, ਕਈ ਕਸਟਮਰ ਕਹਿ ਰਹੇ ਹੈ ਪਸ਼ਮੀਨਾ ਸਾਡੇ ਕੋਲ, ਪਸ਼ਮੀਨਾ ਸਦਾ ਬਹਾਰ ਚੱਲਦਾ ਜੀ, ਬਹੁਤ ਸਾਰੇ ਥਾਂ ਅਸੀਂ ਗਰਮੀਆਂ 'ਚ ਲਿਆ ਕੇ ਸੇਲ ਕਰੇ ਨਹੀਂ, ਬਹੁਤ ਜ਼ਿਆਦਾ ਕੰਮ ਕਰਿਆ ਪਸ਼ਮੀਨੇ ਦੇ ਉੱਪਰ, ਕਿਉਂਕਿ ਜਿਵੇਂ ਹੁਣ ਬਾਹਰਲਾ NRI ਕਸਟਮਰ ਹੈ ਨਾ, ਉਹ ਆਪਾਂ ਨੂੰ ਫਿਰ ਸਾਰੇ ਤਰ੍ਹਾਂ ਦੇ ਸੂਟ ਆਰਡਰ ਦਿੰਦਾ ਜੀ, ਪਸ਼ਮੀਨੇ 'ਤੇ ਵੀ ਬਣਾਇਓ, ਸਿੰਥੈਟਿਕ 'ਤੇ ਵੀ ਬਣਾ ਦਿਓ, ਕੋਟਨ 'ਤੇ ਵੀ ਬਣਵਾ ਦਿਓ, ਸਾਰੇ ਤਰ੍ਹਾਂ ਦਾ ਆਰਡਰ ਆਪਣੇ ਕੋਲ ਆਉਂਦੇ। ਲਓ ਜੀ ਬਹੁਤ ਪਿਆਰਾ ਇਸ ਤਰ੍ਹਾਂ ਇਹ ਚਾਕਾਂ ਦਾ ਕੰਮ ਕੀਤਾ ਹੋਇਆ, ਤੁਸੀਂ ਦੇਖ ਸਕਦੇ ਹੋਗੇ ਸਾਫ਼ ਸੁਥਰਾ ਕੰਮ ਹੋਊਗਾ ਸਾਰਾ, ਅਤੇ ਨਾਲ ਨੈੱਕ ਦਾ ਕੰਮ ਹੈ, ਬਹੁਤ ਸੋਹਣਾ ਕੰਮ ਹੈ ਜੀ, ਜਿਹੜਾ ਨੈੱਕ ਦੇ ਉੱਪਰ ਹੈ ਅਤੇ ਨਾਲ ਹੈਗਾ ਜੀ ਬਾਂਹ ਦੇ ਉੱਪਰ ਵੀ ਕੰਮ ਹੈ, ਇਸ ਤਰ੍ਹਾਂ ਦਾ ਕੰਮ ਹੈਗਾ ਬਾਂਹ ਦੇ ਉੱਪਰ, ਕੰਮ ਸਾਰਾ ਵਧੀਆ ਮਿਲੂਗਾ ਤੁਹਾਨੂੰ, ਸਾਫ਼ ਸੁਥਰਾ ਮਿਲੂਗਾ, ਜਿੰਨਾ ਵੀ ਕੰਮ ਹੋਊਗਾ ਸਾਰਾ ਆਪਣਾ ਵਧੀਆ ਹੀ ਹੁੰਦਾ। ਸਲਵਾਰ ਪਲੇਨ ਹੈ ਜੀ, ਨਾਲ ਟਾਈ ਡਾਈ ਆਪਾਂ ਦੁਪੱਟਾ ਜਿਹੜਾ ਲਾ ਦਿੱਤਾ। ਠੀਕ ਹੈ ਜੀ, ਇਹਦੇ ਵਿੱਚ ਆਫ ਵਾਈਟ ਸੀ, ਬੇਬੀ ਪਿੰਕ ਸੀ ਅਤੇ ਫਿਰੋਜ਼ੀ ਸੀ, ਇਹ ਵਾਲਾ ਮੈਚਿੰਗ ਕਲਰ ਕਰਕੇ ਆਪਾਂ ਨਾਲ ਦੁਪੱਟਾ ਲਾਇਆ ਟਾਈ ਡਾਈ, ਅਤੇ ਬਰੀਕ ਜੀ ਆਪਾਂ ਲੇਸ ਹੈ ਜਿਹੜੀ ਦੇ ਦਿੱਤੀ ਹੈ। ਸਕਰੀਨ 'ਤੇ ਪ੍ਰਾਈਜ਼ ਸ਼ੋਅ ਹੋ ਜੂਗਾ ਜੀ, ਬਿਨਾਂ ਸਿਲਾਈ ਤੋਂ ਸਿਲਾਈ ਐਡ ਨਹੀਂ ਹੋਊਗੀ। ਆਹ ਸੂਟ ਵਿੱਚ ਹੈਂਡ ਦਾ ਕਿਵੇਂ ਰੱਖਿਆ? ਚਲੋ ਦੁਕਾਨ
ਲਓ ਜੀ ਇੱਕ ਹੈਂਡ ਦਾ ਦਿਖਾ ਦਈਏ ਆਪਾਂ ਤੁਹਾਨੂੰ, ਵਿੱਚ ਹੈਂਡ ਦਾ ਆ ਗਏ ਕਸਟਮਰ ਦਾ ਔਡਰ ਇਹ ਭੇਜ ਦਾਂਗੇ ਫਿਰ ਚਲੇ ਜਾਣਗੇ ਸੂਟ ਇਹ ਦੇਖੋ। ਇਹ ਆਪਾਂ ਹੈਂਡ ਦੇ ਉੱਪਰ ਕੀਤਾ ਹੋਇਆ ਸਾਰਾ ਕੰਮ, ਨੈਚੁਰਲ ਕਰੇਪ ਦੇ ਉੱਪਰ ਹੈਂਡ ਦਾ ਕੀਤਾ ਹੋਇਆ, ਬੜਾ ਸੋਹਣਾ ਕੰਮ ਆ। ਥੋੜ੍ਹੀ ਜਿਹੀ ਇਗਨੋਰ ਕਰਿਓ ਜੀ, ਪ੍ਰੈਸ ਮਾਰੀ ਹੋਈ ਸੀ ਵਲ ਪੈ ਗਏ ਹੈ ਨਾ, ਜੇ ਸੂਟ ਦੇ ਉੱਪਰ ਸੂਟ ਰੱਖੀ ਜਾਂਦੇ ਫਿਰ ਨਾ ਵਲ ਪੈ ਜਾਂਦੇ। ਹੁਣ ਆਪਾਂ ਉਹਨੂੰ ਪ੍ਰੈਸ ਕਰਕੇ ਚੰਗੀ ਤਰ੍ਹਾਂ ਪੈਕਿੰਗ ਕਰਕੇ ਭੇਜਾਂਗੇ। ਫਿਰ ਵੀ ਜਦੋਂ ਉੱਥੋਂ ਪਾਰਸਲ ਪਹੁੰਚਦਾ ਉਦੋਂ ਵੀ ਸੂਟਾਂ ਲਿਫਾਫੇ ਦੇ ਵਿੱਚ ਵਲ ਪੈ ਜਾਂਦੇ ਨੇ, ਕਿਉਂਕਿ ਜੀ ਪਾਰਸਲ ਉੱਧਰ ਡੱਬੇ ਡਿੱਗੇ ਉੱਧਰ ਡੱਬੇ ਡਿੱਗੇ, ਇਸ ਤਰ੍ਹਾਂ ਹੋ ਜਾਂਦਾ ਹੈ ਨਾ। ਆਪਾਂ ਚੰਗੀ ਤਰ੍ਹਾਂ ਆਪਾਂ ਜਦੋਂ ਘਰੋਂ ਤੁਰਦਾ ਹੀ ਚੰਗੀ ਤਰ੍ਹਾਂ ਪ੍ਰੈਸ ਕਰਕੇ ਫਿਰ ਪੈਕ ਕਰਦੇ ਹੁੰਦੇ ਹਾਂ, ਫਿਰ ਵੀ ਰਸਤੇ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਵਲ ਪੈ ਜਾਂਦੇ ਨੇ। ਬਹੁਤ ਸੋਹਣਾ ਕੰਮ ਕੀਤਾ ਹੋਇਆ ਜੀ ਸਾਰਾ, ਤੁਸੀਂ ਦੇਖ ਸਕਦੇ ਹੋ। ਠੀਕ ਹੈ, ਹੈਂਡ ਦਾ ਕੰਮ ਹੈ। ਦੁਪੱਟਾ ਰੱਖਿਆ ਜੀ ਨਾਲ ਪਿਓਰ ਚਰੂਨ ਦਾ, ਅਤੇ ਸੈਮੀ ਚਰੂਨ ਦੇ ਦੁਪੱਟੇ ਨਾਲ ਰੇਟ ਘੱਟ ਜਾਂਦਾ, ਅਤੇ ਪਰ ਪਿਓਰ ਚਰੂਨ ਦੀ ਕੁਆਲਿਟੀ ਤੁਹਾਨੂੰ ਦੇਵਾਂਗੇ ਜੀ ਵਧੀਆ। ਜਦੋਂ ਹੈਂਡ ਦੁਪੱਟਾ ਹੈਂਡ ਦਾ ਜਦੋਂ ਸੂਟ ਹੈਂਡ ਦਾ ਜੀ, ਦੁਪੱਟਾ ਵੀ ਆਪਾਂ ਪਿਓਰ ਚਰੂਨ ਦਾ ਰੱਖਿਆ। ਨੈਕਸਟ ਸੂਟ ਆਪਾਂ ਬਣਾਇਆ ਹੋਇਆ ਜੀ ਕਰੇਪ ਦੇ ਉੱਪਰ ਮਹਿੰਦੀ ਕਲਰ ਦਾ, ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ, ਪਹਿਲੇ ਉਹਦੇ ਵਿੱਚ ਬਲੈਕ ਕਲਰ ਦੇ ਵਿੱਚ, ਇਹ ਮਹਿੰਦੀ ਕਲਰ ਦੇ ਵਿੱਚ ਹੈ। ਸਕਰੀਨ 'ਤੇ ਤੁਹਾਨੂੰ ਉਹ ਹੋ ਜੂਗਾ ਜੀ, ਪ੍ਰਾਈਜ਼ ਸ਼ੋਅ ਹੋ ਜੂਗਾ, ਇੱਧਰ ਫੋਟੋ ਵੀ ਮਿਲ ਜੂਗੀ ਤੁਹਾਨੂੰ ਪਾਏ ਹੋਏ ਦੀ, ਕਿਸ ਤਰ੍ਹਾਂ ਦਾ ਲੱਗਦਾ ਹੈਗਾ। ਕਾਫੀ ਜ਼ਿਆਦਾ ਸੋਹਣਾ ਸੂਟ ਹੈ ਇਹ, ਤੁਸੀਂ ਦੇਖ ਸਕਦੇ ਹੋ, ਬਹੁਤ ਸੋਹਣਾ ਇਹਦੇ ਉੱਪਰ ਕੰਮ ਕਰਿਆ ਹੋਇਆ ਹੈਗਾ। ਅਤੇ ਨਾਲ ਇਸ ਤਰ੍ਹਾਂ ਦਾ ਆਪਾਂ ਦੁਪੱਟਾ ਰੱਖਿਆ ਪਿਓਰ ਚਰੂਨ ਦਾ, ਸੈਮੀ ਚਰੂਨ ਦਾ ਲਗਵਾਉਂਗੇ ਜੀ ਰੇਟ ਘੱਟ ਜੂਗਾ, ਪਿਓਰ ਚਰੂਨ ਦੇ ਨਾਲ ਮਹਿੰਗਾ ਹੋ ਜੂਗਾ। ਇਹ ਪਿਓਰ ਚਰੂਨ ਦਾ, ਪਹਿਲਾਂ ਤੁਹਾਨੂੰ ਸੈਮੀ ਚਰੂਨ ਦੇ ਨਾਲ ਰੇਟ ਸ਼ੋਅ ਕਰਿਆ ਹੋਊਗਾ, ਬਸ ਦੁਪੱਟਿਆਂ ਦੇ ਹਿਸਾਬ ਨਾਲ ਹੀ ਆ ਜੀ, ਕਿੰਨਾ ਦੇ ਰੇਟ ਘੱਟ ਗਿਆ ਕਦੇ ਵੱਧ ਗਿਆ ਹੈ ਨਾ, ਫੈਬਰਿਕ ਦੇ ਹਿਸਾਬ ਨਾਲ ਥੋੜ੍ਹਾ ਮੋਟਾ ਰੇਟ ਦਾ ਫਰਕ ਥੋੜ੍ਹਾ ਪੈਂਦਾ, ਤੁਸੀਂ ਦੇਖ ਸਕਦੇ ਹੋ, ਸਕਰੀਨਸ਼ੋਟ ਲੈ ਸਕਦੇ ਹੋ। ਇਹ ਵਾਲਾ ਕੰਮ ਆ ਜੂਗਾ ਜੀ ਬਾਂਹ ਦੇ ਉੱਪਰ। ਚਲੋ ਠੀਕ ਹੈ ਜੀ, ਅੱਜ ਵਾਲੀ ਵੀਡੀਓ ਵਿੱਚ ਕਈ ਸੂਟ ਦਿਖਾਏ ਨੇ, ਅਤੇ ਉਮੀਦ ਕਰਦੇ ਹਾਂ ਵੀ ਤੁਹਾਨੂੰ ਸਾਡੇ ਸੂਟ ਰੰਗ ਡਿਜ਼ਾਇਨ ਵਧੀਆ ਲੱਗੇ ਹੋਣੇ। ਜੇ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ। ਜੇ ਚੈਨਲ 'ਤੇ ਨਵੇਂ ਹੋਗੇ ਪਿੰਡ ਪੰਜਾਬ ਦੇ ਚੈਨਲ 'ਤੇ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ। ਠੀਕ ਹੈ ਜੀ, ਫਿਰ ਕੱਲ੍ਹ ਨੂੰ ਨਵੇਂ ਸੂਟਾਂ ਅਤੇ ਰੰਗਾਂ ਦੇ ਨਾਲ ਮਿਲਦੇ ਹਾਂ, ਅਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਵੀ ਪਰਮਾਤਮਾ ਤੁਹਾਡੀ ਲਾਈਫ ਵਿੱਚ ਖੁਸ਼ੀਆਂ ਦੇ ਰੰਗ ਭਰ ਕੇ ਰੱਖੇ, ਤੁਸੀਂ ਸੋਹਣੇ ਸੋਹਣੇ ਸੂਟ ਪਾਉਂਦੇ ਰਹੋ, ਹੰਢਾਉਂਦੇ ਰਹੋ। ਮਿਲਦੇ ਹਾਂ ਜੀ ਫਿਰ ਨਵੀਂ ਵੀਡੀਓ ਦੇ ਨਾਲ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਬਾਏ।